दशहरा मामले नू लेके सुरेंद्र मित्तल वालों एक प्रेस कॉन्फ्रेंस की गई थी, जिस बिच इन्हां नेतावां ते लाए गए दोष। देखो तुसी भी की है पूरा मामला इस वीडियो दे अंदर। बदन की राहे तो ध्रुव कलूजा दी रिपोर्ट। सिर उन्हां दे तैयार पए सी, उन्हां दे पैर तैयार पए सी, कुंभकरण दा चेहरा तैयार सी, उहदे पैर बिल्कुल तैयार पए ने, अज भी तैयार पए ने। जदों मर्जी जिहड़ा मर्जी अधिकारी आवे नाल जाके असीं दिखा सकदे। बड़े शर्म की गल है कि DSP फौड़ा ने यह बयान दिता। अज यह सिर्फ हिंदू धर्म निरादर करने लई, ओनू नीचा दिखाने लई यह साजिश रची गई है। किहदे नाल रल के? आम आदमी पार्टी के नेता जोगिंदर सिंह मान और उसके बेटे हरजी मान रल के। जो SHO सिटी अति 11 बजे बयान दे रहा कि समझौता करा दिता गया, उसके फैसला हो गया कि किसी भी एक पार्टी का बैनर नहीं लगेगा, साझा प्रोग्राम होगा, तो फिर परमिशन का गल ही खत्म होगी। उस तो बाद सवेरे ਇਹ ਉੱਥੇ ਜਿਹੜੇ ਧੜਲਿਆਂ ਦੇ ਜਿਹੜੀ ਕੰਮ ਸ਼ੁਰੂ ਹੋਇਆ, ਕਿਉਂਕਿ ਸਮਾਜ ਜਿੰਨਾ ਵੀ ਇਹ ਪੁਤਲਾ ਇਕੱਠਾ ਨਹੀਂ ਆਉਂਦਾ, ਬਹੁਤ ਵੱਡਾ ਹੁੰਦਾ। ਧੜ ਆਏ, ਉਸ ਤੋਂ ਬਾਅਦ ਸਿਰ ਆਉਣੇ ਸੀ ਔਰ ਪੈਰ ਆਉਣੇ ਸੀ। ਜਦੋਂ DSP ਫੁਆੜਾ ਔਰ SHO ਨੇ ਹਰਜੀ ਮਾਨ ਦੇ ਇਸ਼ਾਰੇ 'ਤੇ ਰੋਕ ਦਿੱਤਾ, ਇਹ ਨਹੀਂ ਲਿਆ ਸਕੇ। ਉਹ ਕਾਰੀਗਰ ਵੀ ਵਿਚਾਰਾ ਉੱਥੇ ਇੰਤਜ਼ਾਰ ਕਰਦਾ ਰਿਹਾ, ਫੋਨ ਕਰ ਰਿਹਾ, ਹੁਣ ਉਹਨੂੰ ਕੀ ਦੱਸਣ ਕਿਉਂ ਨਹੀਂ ਲਿਆ ਸਕੇ। ਜਿਹੜੀ ਦੂਜੀ ਗੱਲ DSP ਸਾਹਿਬ ਨੇ ਕਹੀ ਹੈ ਕਿ ਜਦੋਂ ਪ੍ਰਸ਼ਾਸਨ ਨੇ ਸਖ਼ਤੀ ਕੀਤੀ ਅਤੇ ਇਹ ਪੁਤਲੇ ਲੈ ਕੇ ਬਾਹਰ ਬੈਠ ਗਏ, ਉਹ ਵੀ ਮੈਂ ਤੁਹਾਨੂੰ ਸਬੂਤ ਦੇ ਦਿੰਦਾ। ਮੇਰੇ ਕੋਲ ਵੀਡੀਓ ਹੈ ਕਿ ਜਦੋਂ ਇਹਨਾਂ ਨੇ ਜਿਹੜਾ ਉੱਥੇ ਪੁਤਲਾ ਸੀ ਉਹ ਜਲਾਇਆ, ਉੱਥੇ ਪੁਤਲਾ, ਪੁਤਲੇ ਦੇ ਬਿਲਕੁਲ ਨਾਲ ਦੋ ਪੁਤਲੇ ਪਏ ਨੇ ਜਿਹੜੇ ਖੜੇ ਕੀਤੇ ਜਾਣੇ ਸੀ। ਕਿਉਂਕਿ ਜਦੋਂ ਆਪਾਂ ਦੇਖਦੇ ਹਾਂ ਜਦੋਂ ਵੀ ਕੋਈ ਰਾਵਣ ਦੁਸ਼ਹਿਰਾ ਜਲਾਇਆ ਜਾਂਦਾ ਹੈ, ਉੱਥੇ 3 ਪੁਤਲੇ ਖੜੇ ਕੀਤੇ, ਉਹਦੇ ਵਿੱਚ ਗੈਪ ਹੁੰਦਾ, ਉਹ ਨਾਲ ਨਾਲ ਨਹੀਂ ਖੜੇ ਕੀਤੇ ਜਾਂਦੇ, ਗੈਪ ਨਾਲ ਖੜੇ ਕਹਿੰਦੇ। ਬਿਲਕੁਲ ਜਿੱਥੇ ਉਹ ਪੁਤਲਾ ਜਲਾਇਆ, ਜਿਹਨੂੰ ਇਹ ਹੁਣ ਰਾਵਣ ਕਹਿ ਰਹੇ ਨੇ, ਉਹ ਮੇਘਨਾਥ ਦਾ ਪੁਤਲਾ ਸੀ, ਉਹ ਪੁਤਲੇ ਨਾਲ ਦੋ ਪੁਤਲੇ ਹੋਰ ਪਏ ਨੇ। ਹੁਣ DSP ਸਾਹਿਬ ਕਹਿੰਦੇ ਅਸੀਂ ਉਹ ਸੰਸਕਾਰ ਕਰਾਂਗੇ, ਕਰ ਦਿਓ ਸੰਸਕਾਰ, ਲੇਕਿਨ ਧਰਮ ਧਾਰਮਿਕ ਰੀਤੀ ਨਾਲ ਪੁੱਛ ਕੇ ਕਰਿਓ, ਕਿਤੇ ਗਲਤ ਪੰਗਾ ਨਾ ਲੈ ਲਓ ਹਿੰਦੂ ਸਮਾਜ ਨਾਲ, ਇਹ ਬਹੁਤ ਵੱਡੀ ਗਲਤੀ ਕਰੋਗੇ, ਗਲਤੀ ਪਰ ਗਲਤੀ ਦੁਬਾਰਾ ਨਾ ਕਰ ਲਿਓ ਕਿਤੇ। DSP ਸਾਹਿਬ ਨੇ ਫਿਰ ਅੱਜ ਧਮਕੀ ਦਿੱਤੀ ਹੈ ਕਿ ਜਿਹੜੇ ਸ਼ਰਾਰਤੀ ਅਨਸਰ ਅਫਵਾਹਾਂ ਫੈਲਾ ਰਹੇ ਨੇ, ਅਫਵਾਹਾਂ ਨਹੀਂ ਫੈਲਾ ਰਹੇ, ਅਸੀਂ ਸੱਚਾਈ ਬਿਆਨ ਕਰ ਰਹੇ ਸਮਾਜ ਦੇ ਸਾਹਮਣੇ, ਸਾਰੇ ਹਿੰਦੂ ਸਮਾਜ ਦੇ ਸਾਹਮਣੇ। ਇਹ ਮੁੱਦਾ ਹੁਣ ਫੁਆੜੇ ਦਾ ਨਹੀਂ ਜਾਊਗਾ, ਇਹ ਮੁੱਦਾ ਪੂਰੇ ਸਮਾਜ ਦੇ ਵਿੱਚ, ਹਿੰਦੂ ਸਮਾਜ, ਪੂਰੇ ਪੰਜਾਬ 'ਚ, ਪੂਰੇ ਦੇਸ਼ ਦੇ ਵਿੱਚ ਜਾਊਗਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਕਿਸ ਤਰ੍ਹਾਂ ਹਿੰਦੂ ਸਮਾਜ ਨਾਲ ਇਹ ਜਿਹੜਾ ਧੱਕਾ ਕੀਤਾ ਜਾ ਰਿਹਾ। ਤੁਸੀਂ ਰਾਵਣ ਜਿਹੜਾ ਦੁਸ਼ਹਿਰਾ ਹੈ ਉਹਦਾ ਮਹੱਤਵ ਕੀ ਹੈ? ਬਦੀ 'ਤੇ ਨੇਕੀ ਦੀ ਜਿੱਤ। ਭਗਵਾਨ ਰਾਮ ਨੇ ਰਾਵਣ ਦਾ ਜਿਹੜਾ ਵੱਧ ਕੀਤਾ ਸੀ, ਉਹ ਦਸ਼ਾਨੰਦ ਉਹਦੇ 10 ਸਿਰ ਪਏ ਨੇ, ਉਹਦਾ ਧੜ ਉੱਥੇ ਪਿਆ, ਪੈਰ ਉੱਥੇ ਅਲੱਗ ਪਏ ਨੇ। ਤੁਸੀਂ ਤਾਂ ਮਜ਼ਾਕ ਬਣਾ ਕੇ ਰੱਖਤਾ ਹਿੰਦੂ ਧਰਮ ਦਾ, ਉਹ ਉਲਟਾ ਧਮਕੀ ਪਰੇਲਾ 'ਚ ਸਾਨੂੰ ਗੱਲ ਕਰ ਰਹੇ ਹੋ। ਇੱਕ ਹੋਰ ਗੱਲ, ਕੱਲ੍ਹ ਅਸੀਂ SP ਫੁਆੜਾ ਨੂੰ ਸ਼ਿਕਾਇਤ ਦੇ ਕੇ ਆਏ, ਲਿਖਤੀ ਸ਼ਿਕਾਇਤ। ਆਮ ਆਦਮੀ ਪਾਰਟੀ ਦੇ ਨੇਤਾ ਜੋਗਿੰਦਰ ਸਿੰਘ ਮਾਨ, ਹਰਜੀ ਮਾਨ, DSP ਫੁਆੜਾ ਜਸਪ੍ਰੀਤ ਸਿੰਘ, SHO ਸਿਧੀ ਅਮਨ ਨਾਹਰ ਦੇ ਖਿਲਾਫ, ਕਿਹਦੇ ਖਿਲਾਫ? ਜਿਹੜੀ ਸਾਡੀ ਧਾਰਮਿਕ ਭਾਵਨਾ ਠੇਸ ਪਹੁੰਚਾਉਣ ਦੀ ਕਾਰਵਾਈ ਕਰਕੇ ਪਰਚਾ ਦਰਜ ਕੀਤਾ ਜਾਵੇ। ਔਰ ਮੈਨੂੰ ਹੈਰਾਨਗੀ ਹੁੰਦੀ ਹੈ ਕਿ ਜਿਹੜੇ ਖੁਦ ਪਾਰਟੀ ਦੇ ਜਿਹਦੇ ਖਿਲਾਫ ਕੰਪਲੇਂਟ ਹੈ, ਉਹ ਅੱਜ ਪ੍ਰੈਸ ਕਾਨਫਰੰਸ ਕਰਕੇ ਸਾਨੂੰ ਜਿਹੜੇ ਉਹ ਧਮਕੀ ਦੇ ਰਹੇ ਨੇ, ਆਪਣਾ ਪੱਖ ਦੱਸ ਰਹੇ ਨੇ। ਉਹਨਾਂ ਕੋਲ ਕੋਈ ਅਧਿਕਾਰ ਨਹੀਂ ਹੈ, ਕਿਉਂਕਿ ਪਾਰਟੀ ਨੇ ਉਹਦੇ ਖਿਲਾਫ ਕੰਪਲੇਂਟ ਹੈ। ਜੇ ਅਗਰ ਕਰਨ ਵੀ ਫੁਆੜਾ ਇਨਕੁਆਇਰੀ ਕਰ ਰਹੇ ਨੇ, ਉਹ ਕਰਨ, ਉਹਨਾਂ ਕੋਲ ਪੂਰਾ ਅਧਿਕਾਰ ਹੈ, ਕੋਈ ਵੀ ਸੀਨੀਅਰ ਅਧਿਕਾਰੀ ਕਰੇ। ਲੇਕਿਨ ਇਹ ਆ ਕੇ ਖੁਦ ਆਪਣਾ ਪੱਖ ਦੱਸ ਰਹੇ ਨੇ ਔਰ ਉਲਟਾ ਸਾਡੇ ਆਰੋਪ ਲਗਾ ਰਹੇ ਨੇ ਝੂਠੇ, ਜਦਕਿ ਇਹਨਾਂ ਨੇ ਫਰਜ਼ ਬੰਦਾ ਇਨਕੁਆਇਰੀ ਕਰਦੇ ਕਿ ਹਾਂ ਕਿੱਥੇ ਤੁਹਾਡਾ ਪੁਤਲਾ, ਦੱਸੋ। 10 ਸਿਰ ਵਾਲਾ ਰਾਵਣ ਤਿਆਰ ਪਿਆ, ਕੁੰਭਕਰਨ ਤਿਆਰ ਪਿਆ, ਔਰ ਇਹ ਮਜ਼ਾਕ ਬਣਾ ਰਹੇ ਨੇ, ਉਹਨੂੰ ਧੜ ਦੱਸ ਰਹੇ ਨੇ। ਇਹਦਾ ਪੂਰਾ ਪੂਰਾ ਹਿੰਦੂ ਸਮਾਜ ਦੇ ਨਾਲ ਬੇਦ ਵੀ ਕੀਤੀ ਗਿਆ, ਨਿਰਾਦਰ ਕੀਤਾ ਗਿਆ। ਅਸੀਂ ਮੰਗ ਕਰਦੇ ਹਾਂ ਸਰਕਾਰ ਕੋਲੋਂ ਔਰ ਕਿ ਇਹਨਾਂ ਸਾਰਿਆਂ ਦੇ ਖਿਲਾਫ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਬਾਰੇ ਪਰਚਾ ਦਰਜ ਕਰਕੇ ਸਖ਼ਤ ਕਾਰਵਾਈ ਕਰਕੇ ਸਾਨੂੰ ਇਨਸਾਫ਼ ਦਵਾਇਆ ਜਾਵੇ। ਪਰ DSP ਕਹਿ ਰਹੇ ਹਾਂ ਕਿ ਤਾਂ ਇੱਕ ਲਾਅ ਐਂਡ ਆਰਡਰ ਦੇ ਦੇਖਣ ਗਏ ਬਣੇ ਹਾਂ, ਲੇਕਿਨ ਮੇਨ ਜ਼ਿੰਮੇਵਾਰ ਕੌਣ ਸੀ? DSP ਫੁਆੜਾ, ਜਸਪ੍ਰੀਤ ਸਿੰਘ, SHO ਸਿਧੀ, ਅਮਨ ਨਾਹਰ, ਇਹ ਦੋਨੇ ਮੌਕੇ 'ਤੇ ਸੀ ਜਿਨ੍ਹਾਂ ਨੇ ਇਹਨਾਂ ਨੂੰ ਉੱਥੋਂ ਬਾਕੀ ਅੰਗ ਲਿਆਉਣ ਤੋਂ ਰੋਕਿਆ। ਉਹ SP ਸਾਹਿਬ 'ਚ ਇਨਵੋਲਵ ਨਹੀਂ ਸੀ, ਇਹ ਸਿਰਫ DSP ਔਰ SHO ਨੂੰ ਰੋਕਿਆ ਇਹਨਾਂ ਨੂੰ ਕਿ ਬਾਕੀ ਅੰਗ ਨਹੀਂ ਲੈ ਕੇ ਆਉਣੇ। ਲੇਕਿਨ ਹੋਰ ਵੀ ਪ੍ਰਸ਼ਾਸਨਿਕ ਅਧਿਕਾਰੀ ਅੱਜ ਦਿਨ ਤੱਕ ਵੀ ਕੋਈ ਵੀ ਜ਼ਿਲ੍ਹੇ ਸਤਰ ਦਾ ਕੋਈ ਵੀ ਫੁਆੜੇ 'ਚ ਨਹੀਂ ਆਇਆ, ਨਹੀਂ ਬੋਲਿਆ। ਕਿਉਂ? ਉਹਨਾਂ ਨੂੰ ਪਿੱਛੋਂ ਰਾਜਨੀਤਿਕ ਸ਼ਹਿ ਹੈ ਪੂਰੀ, ਆਮ ਆਦਮੀ ਪਾਰਟੀ ਨੇਤਾ ਸ਼ਹਿ ਉਹਨਾਂ ਨੂੰ ਪੂਰੀ, ਇਸ ਲਈ ਨਹੀਂ ਬੋਲਦੇ ਹੋ ਕਿ ਸਾਡਾ ਕੀ ਕਰ ਲੈਣਗੇ। ਇਹਦਾ ਜਦੋਂ ਹਿੰਦੂ ਸਮਾਜ ਜਾਗੇਗਾ, ਆਵਾਜ਼ ਉੱਠੇਗੀ, ਆਪਣੇ ਆਪ ਵੱਡੇ ਵੱਡੇ ਅੰਦੋਲਨ ਹੁੰਦੇ ਨੇ, ਸ਼ੁਰੂਆਤ ਛੋਟੇ ਤੋਂ ਹੁੰਦੀ ਹੈ, ਅੰਦੋਲਨ ਕਦੋਂ ਵੱਡੇ ਹੁੰਦੇ ਪਤਾ ਲੱਗਦਾ ਦਾ ਕਿ ਸ਼ਾਇਦ ਪਹਿਲੀ ਵਾਰੀ ਹੋਇਆ ਕਿ ਦੁਸ਼ਹਿਰੇ ਵਾਲੇ ਦਿਨ ਪੁਲਿਸ ਦੂਜੀ ਰਾਜਨੀਤਿਕ ਪਾਰਟੀ ਰਲ ਕੇ ਰਾਵਣ ਦਹਿਨ ਨਾ ਕਰਨ ਦੇਵੇ, ਇਹ ਕਾਲਾ ਦਿਨ ਮਨਾਇਆ ਜਾਊਗਾ। ਜੇ 2 ਦਿਨ ਬਾਅਦ ਵੀ ਕੋਈ ਕਾਰਵਾਈ ਨਾ ਕੀਤੀ ਹੋਵੇ ਤਾਂ ਫਿਰ ਤੁਹਾਡਾ ਕੀ ਸਟੈਪ ਹੋਊਗਾ? ਉਹ ਜੋ ਸਾਰੇ ਮਿਲ ਕੇ ਫੈਸਲਾ ਕਰਨਗੇ, ਜੀਰੀ ਰੋਡ ਜਾਮ ਕਰਨੀ ਵੀ ਜੀਰੀ ਰੋਡ ਜਾਮ ਕਰਾਂਗੇ, ਬਾਂਦੀ ਕਾਲ ਕਰਨੀ ਬੰਦ ਕਰਾਂਗੇ, ਮੁਜ਼ਾਹਰੇ ਕਰਨੇ ਵੀ ਮੁਜ਼ਾਹਰੇ, ਗ੍ਰਿਫਤਾਰੀ ਗ੍ਰਿਫਤਾਰੀ, ਜੋ ਵੀ ਹੋਊਗਾ ਅਸੀਂ ਲੜਾਈ ਲੜਾਂਗੇ, ਹੱਕ ਲੈ ਕੇ ਰਵਾਂਗੇ। ਉਹ ਢਾਂਚਾ ਹੈ ਪਤਾ ਨਹੀਂ ਕਿਹਦਾ, ਅਸੀਂ ਸਾਬਤ ਕਰਤਾ ਇਹ ਢਾਂਚਾ ਨਹੀਂ ਹੈ,
ਇਹ ਰਾਵਣ ਜਿਹੜਾ ਮਹਾ ਪੰਡਿਤ ਜਿਹਨੂੰ ਬਹੁਤ ਵਿਦਵਾਨ ਕਿਹਾ ਜਾਂਦਾ ਸੀ ਠੀਕ ਹੈ ਉਹਨੇ ਆਪਣਾ ਕਰਮ ਕੀਤਾ ਉਹਨੂੰ ਫਲ ਭੁਗਤਣਾ ਪਿਆ ਲੇਕਿਨ ਉਹਦਾ ਢਾਂਚਾ ਨਹੀਂ ਇਹ ਉਹਦਾ ਇੱਕ ਜਿਹੜਾ ਸਿੰਬੋਲਿਕ ਅਸੀਂ ਕਹਿੰਦੇ ਹਾਂ ਇੱਕ ਪੂਰਾ ਪੁਤਲਾ ਬਣਾ ਕੇ ਉਹਨੂੰ ਜਲਾਇਆ ਜਾਂਦਾ ਜੋ ਸਾਡਾ ਰੀਤੀ ਰਿਵਾਜ਼ ਦੇ ਅਨੁਸਾਰ ਉਹਦਾ ਸ਼ਵ ਪਿਆ ਸ਼ਵ ਪਿਆ ਉਹਦਾ ਪੂਰਾ ਸੰਸਕ੍ਰਿਤੀ ਹਿਸਾਬ ਨਾਲ ਸੰਸਕਾਰ ਕਰਨਾ ਪੈਂਦਾ ਲੇਕਿਨ ਉਹ ਸਿਰਫ ਦੁਸਹਿਰੇ ਵਾਲੇ ਦਿਨ ਨਹੀਂ ਹੋ ਸਕਦਾ ਇਹ ਤਾਂ ਹੁਣ ਜੋ ਸਾਡੇ ਵਿਦਵਾਨ ਨੇ ਮਹਾਪੰਡਿਤ ਨੇ ਉਹਨਾਂ ਨੇ ਰਾਏ ਨਾਲ ਹੋਏਗਾ ਜੋ ਵੀ ਹੋਏਗਾ ਕਿੰਨੇ ਮਾਰਨ ਗੋਲੀਆਂ ਮਾਰ ਦੇਣਗੇ ਮਾਰ ਦੇਣ ਇੱਥੋਂ ਪਤਾ ਲੱਗਾ ਨਾਦਰਸ਼ਾਹੀ ਕੀ ਹੁੰਦੀ ਹੈ ਕਿ ਇੱਕ ਪਾਸੇ ਤੁਸੀਂ ਸਾਨੂੰ ਧੱਕੇ ਨਾਲ ਰਾਵਣ ਦਾ ਪੁਤਲਾ ਜਲਾਉਣ ਨਹੀਂ ਦਿੱਤਾ ਇੱਕ ਪਾਸੇ ਅਸੀਂ ਢਾਂਚਾ ਪਿਆ ਪਤਾ ਨਹੀਂ ਕਿਹਦਾ ਹੁਣ ਤਾਂ ਸਾਬਤ ਕਰਤਾ ਸੀ ਕਿ ਉਹ 10-30 ਸਿਰ ਤਿਆਰ ਪਏ ਨੇ ਕਾਰੀਗਰ ਕੋਲ ਬੈਠਾ ਇਸ ਤੋਂ ਵੱਡੀ ਜਾਤੀ ਕੀ ਹੋ ਸਕਦੀ ਹਿੰਦੂ ਸਮਾਜ ਨਾਲ ਇੱਕ ਤੁਸੀਂ ਕਾਲ ਕੀਤੀ ਸੀਗੀ ਕਿ ਜੇ ਐਤਵਾਰ ਤੱਕ ਕਾਰਵਾਈ ਨਹੀਂ ਹੁੰਦੀ ਤਾਂ ਸੋਮਵਾਰ ਨੂੰ ਪੰਜਾਬ ਬੰਦ ਵੀ ਕੀਤਾ ਜਾ ਸਕਦਾ ਮੈਂ ਪਹਿਲਾਂ ਬੇਨਤੀ ਕੀਤੀ ਕਿ ਅੱਜ SP ਸਾਹਿਬ ਨਾਲ ਗੱਲ ਹੋਈ ਹੈ ਜਿੱਦਾਂ ਭਗਵਾਨ ਵਾਲਮੀਕ ਜਯੰਤੀ ਹੈ ਕੱਲ੍ਹ ਉਹ ਅੱਜ ਸ਼ੋਭਾ ਯਾਤਰਾ ਸਾਰੀ ਪੁਲਿਸ ਫੋਰਸ ਬਿਜ਼ੀ SP ਸਾਹਿਬ ਵੀ ਬਿਜ਼ੀ ਨੇ ਕੱਲ੍ਹ ਵੀ ਜਯੰਤੀ ਕਰਨ ਬਿਜ਼ੀ ਨੇ ਉਹਨਾਂ ਨੇ ਕਿਹਾ ਮੈਨੂੰ 2 ਦਿਨ ਦਾ ਟਾਈਮ ਹੋਰ ਦੇ ਦਿਓ ਅਤੇ ਮੈਂ ਤਾਂ ਪਹਿਲਾਂ ਕਿਹਾ ਪ੍ਰਸ਼ਾਸਨ ਸਹਿਯੋਗ ਕਰਾਂਗੇ ਅਸੀਂ ਕੋਈ ਤਾਂ ਹੈ ਨਹੀਂ ਕਿ ਨਹੀਂ ਜੀ ਹਾਰਡ ਐਂਡ ਫਾਸਟ ਰੂਲ ਜੀ ਸਾਨੂੰ ਦਿਓ ਜੀ ਅੱਜ ਤਾਂ ਇਨਸਾਫ ਚਾਹੁੰਦੇ ਹਾਂ ਸਾਨੂੰ ਇਨਸਾਫ ਮਿਲਣਾ ਚਾਹੀਦਾ ਜਿੱਦਾਂ ਸਾਰਿਆਂ ਨੂੰ ਪਤਾ ਹੈ ਕਿ ਓਂਕਾਰ ਨਗਰ ਫਗਵਾੜਾ ਦੇ ਵਿੱਚ ਪਿਛਲੇ ਦਿਨੀ ਦੁਸਹਿਰੇ ਵਾਲੇ ਦਿਨ ਰਾਸ਼ਟਰੀ ਯੁਵਾ ਸੰਗਠਨ ਰਾਸ਼ਟਰੀ ਹਿੰਦੂ ਯੁਵਾ ਸੰਗਠਨ ਓਂਕਾਰ ਨਗਰ ਵੱਲੋਂ ਜਿਹੜਾ ਦੁਸਹਿਰਾ ਮਨਾਇਆ ਜਾਣਾ ਸੀ 2 ਮਹੀਨੇ ਪਹਿਲਾਂ ਇਹਨਾਂ ਨੇ ਪਰਮਿਸ਼ਨ ਲਈ ਅਪਲਾਈ ਕੀਤਾ ਸੀ ਲੇਕਿਨ ਇਹਨਾਂ ਨੂੰ ਪਰਮਿਸ਼ਨ ਨਹੀਂ ਮਿਲੀ ਇੱਕ ਦੂਸਰੀ ਸੰਸਥਾ ਉਹਨਾਂ ਨੂੰ ਜਿਹੜੇ ਇਸ ਟਾਈਮ ਸੱਤਾ ਪੱਖ ਹੈ ਜਿਹਦੇ ਵਿੱਚ ਸਰਦਾਰ ਜੋਗਿੰਦਰ ਸਿੰਘ ਮਾਨ ਆਮ ਆਦਮੀ ਪਾਰਟੀ ਦੇ ਉਹਨਾਂ ਦਾ ਬੇਟਾ ਹਰਜੀ ਮਾਨ ਉਹ ਸਪੋਰਟ ਕਰ ਰਿਹਾ ਸੀ ਉਹਨਾਂ ਨੂੰ ਦੇ ਦਬਾਅ ਕਾਰਨ SDM ਵੱਲੋਂ ਪਰਮਿਸ਼ਨ ਦੇ ਦਿੱਤੀ ਚਲੋ ਵਿਵਾਦ ਚੱਲ ਰਿਹਾ ਸੀ ਇਹ 9 ਸਾਲ ਤੋਂ ਜਾਗਰਣ ਔਰ ਦੁਸਹਿਰਾ ਮਨਾ ਰਹੇ ਸੀ ਚੰਨੇ ਦੇ ਮਨ ਦੇ ਵਿੱਚ ਰੋਜ਼ ਸੀ ਕਿ ਅਸੀਂ ਹੀ ਕਾਰਜਕ੍ਰਮ ਕਰਨਾ ਉੱਥੇ ਪ੍ਰੋਗਰਾਮ ਕਰਨਾ ਲੇਕਿਨ ਪ੍ਰਸ਼ਾਸਨ ਦੀ ਮੈਂ ਸਮਝਦਾ ਕਿ ਸੂਝਬੂਝ ਸੀ ਕਿ ਜਿਹੜਾ ਇਹਨਾਂ ਨੇ ਸਮੇਂ ਰਹਿੰਦੇ ਉਸ ਦਿਨ ਦੋਨਾਂ ਦਾ ਪੱਖਾਂ ਦਾ ਫੈਸਲਾ ਕਰਵਾ ਦਿੱਤਾ ਰਾਤੀ 11 ਵਜੇ ਦੋਨਾਂ ਧਿਰਾਂ ਦਾ ਫੈਸਲਾ ਹੋਇਆ ਔਰ SHO ਫਗਵਾੜਾ ਸਿਟੀ ਮਿਸ ਅਮਨ ਨਾਹਰ ਨੇ 11 ਵਜੇ ਰਾਤੀ ਮੀਡੀਆ ਸਾਹਮਣੇ ਬੋਲ ਕੇ ਕਿਹਾ ਕਿ ਦੋਨਾਂ ਪੱਖਾਂ ਦਾ ਮੈਂ ਫੈਸਲਾ ਕਰਵਾ ਦਿੱਤਾ ਗਿਆ ਔਰ ਹੁਣ ਕਿਸੇ ਵੀ ਪੱਖ ਦਾ ਉੱਥੇ ਬੈਨਰ ਨਹੀਂ ਲੱਗੇਗਾ ਸਿਰਫ ਭਗਵਾਨ ਰਾਮ ਦੇ ਬੈਨਰ ਥੱਲੇ ਪ੍ਰੋਗਰਾਮ ਹੋਏਗਾ ਐਂਕਰ ਵੀ ਸਾਂਝਾ ਹੋਏਗਾ ਇੱਥੋਂ ਇੱਕ ਗੱਲ ਕਲੀਅਰ ਹੋ ਜਾਂਦੀ ਹੈ ਜਿਸ ਤਰ੍ਹਾਂ DSP ਮਿਸਟਰ ਜਸਪ੍ਰੀਤ ਸਿੰਘ ਨੇ ਅੱਜ ਦੁਪਹਿਰੇ ਪ੍ਰੈਸ ਕਾਨਫਰੰਸ ਕਰਕੇ ਕਿਹਾ ਕਿ ਇੱਕ ਪੱਖ ਨੂੰ SDM ਫਗਵਾੜਾ ਨੇ ਪਰਮਿਸ਼ਨ ਦਿੱਤੀ ਗਈ ਸੀ ਔਰ ਉਹਨਾਂ ਨੂੰ ਹੀ ਕਾਰਜਕ੍ਰਮ ਦੀ ਕਰਨ ਦੀ ਪਰਮਿਸ਼ਨ ਦਿੱਤੀ ਗਈ ਸੀ ਇਸ ਕਰਕੇ ਅਸੀਂ ਦੂਜੀ ਪਾਰਟੀ ਨੂੰ ਕਿਹਾ ਸੀ ਕਿ ਤੁਸੀਂ ਉੱਥੇ ਨਹੀਂ ਆਉਣਾ ਸਖਤੀ ਨਾਲ ਲੇਕਿਨ ਇੱਕ ਆਪਣੇ ਵਿੱਚ ਜਿਹੜੀ ਇੱਕ ਕੰਟਰਾ ਕੰਡਿਕਟਰੀ ਗੱਲ ਹੈਗੀ ਹੈ ਕਿ ਜੇ ਉਹ ਸੀ ਤਾਂ ਫਿਰ ਬੈਨਰ ਕਿਉਂ ਲਗਾ ਦਿੱਤਾ ਗਿਆ ਉਹਨਾਂ ਦਾ SHO ਸਿੱਧੀ ਕਹਿ ਰਿਹਾ ਕਿ ਕਿਸੇ ਦਾ ਬੈਨਰ ਨਹੀਂ ਲੱਗੂਗਾ ਸਾਂਝਾ ਪ੍ਰੋਗਰਾਮ ਹੋਊਗਾ ਇਟ ਮੀਨ ਜਿਹੜੀ ਉਹ ਪਰਮਿਸ਼ਨ ਸੀ ਉਹ ਇਨਵੈਲਿਡ ਹੋ ਗਈ ਸੀ ਦੂਸਰੀ ਗੱਲ ਬੜਾ ਦੁੱਖ ਹੋਇਆ ਜਦੋਂ DSP ਫਗਵਾੜਾ ਨੇ ਅੱਜ ਪ੍ਰੈਸ ਕਾਨਫਰੰਸ ਦੇ ਵਿੱਚ ਇਹ ਗੱਲ ਕਹੀ ਕਿ ਉੱਥੇ ਇੱਕ ਧੜ ਪਿਆ ਮੈਂ DSP ਫਗਵਾੜਾ ਜਸਪ੍ਰੀਤ ਸਿੰਘ ਨੂੰ ਦੱਸਣਾ ਚਾਹੁੰਦਾ ਕਿ DSP ਸਾਹਿਬ ਉਹ ਧੜ ਨਹੀਂ ਉਹ ਰਾਵਣ ਦਾ ਪੁਤਲਾ ਔਰ ਰਾਵਣ ਦਹਿਨ ਕਰਨ ਲਈ ਬੁਲਾਇਆ ਗਿਆ ਸੀ ਔਰ ਦਹਿਨ ਕਰਨਾ ਸੀ ਸਿਰਫ ਤੁਹਾਡੀ ਨਲੈਕੀ ਕਰਕੇ ਪਰ ਫਗਵਾੜਾ ਪ੍ਰਸ਼ਾਸਨ ਦੀ ਨਾਕਾਮਯਾਬੀ ਕਰਕੇ ਇਹ ਕਾਲਾ ਦਿਨ ਫਗਵਾੜੇ ਵਿੱਚ ਹੋਇਆ ਕਿ ਜਿਹੜਾ ਰਾਵਣ ਦਾ ਪੁਤਲਾ ਦਹਿਨ ਨਹੀਂ ਹੋ ਸਕਿਆ ਤੁਸੀਂ ਕਿਸ ਬਿਨਾਂ ਤੇ ਕਹਿਤਾ ਉਹ ਜਿਹੜਾ ਪੁਤਲਾ ਹੈਗਾ ਉਹਦਾ ਧੜ ਸਿਰਫ ਧੜ ਹੈ ਜਿਹੜੇ ਕਾਰੀਗਰ ਨੇ ਬਣਾਇਆ ਉਹਨੂੰ ਮੈਂ ਨਾਲ ਬਿਠਾਇਆ ਜਿੱਥੇ ਆਹ ਬੈਠਾ ਅਨੀਸ਼ ਇਹ ਆਗਰੇ ਤੋਂ ਆਇਆ ਮੁਸਲਮਾਨ ਹੈ ਔਰ ਇਹ ਹਰ ਸਾਲ ਰਾਵਣ ਦੇ ਜਿੰਨੇ ਵੀ ਅਸੀਂ ਪੁਤਲੇ ਬਣਾਉਂਦਾ ਇਹ ਨਾਲ ਤੁਹਾਡੇ ਬੈਠਾ ਤੁਹਾਨੂੰ ਵੀਡੀਓ ਦਿਖਾਵਾਂਗੇ ਹੁਣੇ ਉਹ ਪੁਤਲਾ ਜਿਹੜਾ ਰਾਵਣ ਦਾ 10 ਸਿਰ ਬਣੇ ਪਏ ਨੇ ਉਹਦੇ ਫਗਵਾੜੇ ਵਿੱਚ ਹੀ ਪਏ ਨੇ ਇਹਦੇ ਕੋਲੋਂ ਧੜ ਲਿਆਂਦਾ ਗਿਆ ਜਦੋਂ ਸਮਝੌਤਾ ਹੈ ਪ੍ਰਸ਼ਾਸਨ ਦੀ ਮਨਜ਼ੂਰੀ ਨਾਲ ਲਿਆਂਦਾ ਗਿਆ ਜਦੋਂ ਬਾਕੀ ਜਿਹੜਾ ਅੰਗ ਸੀ ਸਿਰ 10 ਸਿਰ ਔਰ ਉਹਨਾਂ ਦੇ ਪੈਰ ਉਹ ਲਿਆਉਣ ਦੀ ਪਰਮਿਸ਼ਨ ਨਹੀਂ ਦਿੱਤੀ ਉਹ ਉੱਥੇ ਹੀ ਪਏ ਰਹਿ ਗਏ ਤੁਸੀਂ ਸਾਹਮਣੇ ਬੈਠਾ ਅਨੀਸ਼ ਇਹਦੇ ਕੋਲੋਂ ਪੁੱਛ ਸਕਦੇ ਹੋ ਸੱਚਾਈ ਕੀ ਹੈ ਅਨੀਸ਼ ਬਤਾਓ ਕਿਆ ਹੈ ਕਿਆ ਮਾਮਲਾ ਜੋ ਇਹ ਜਾਂ ਤੋਂ ਆਏ ਹੋਏ ਭਾਜੀ ਰਾਵਣ ਦੇ ਦਲ ਤੋਂ ਲੈ ਗਏ ਤੇ ਜੇ ਸਿਰ ਔਰ ਪੈਰ ਲੱਤੋਂ ਲੋਕੋ ਲੈਣੇ ਹੀ ਨਹੀਂ ਆਏ ਪਤਾ ਨਹੀਂ ਕਿਆ ਬਾਤ ਹੋਈ ਮਾਂ ਕਾ ਹਮ ਪਤਾ ਨਹੀਂ ਕਾ ਬਾਤ ਆਪਕੇ ਪਾਸ ਸਿਰ ਵਗੈਰਾ ਬਣਾ ਹੁਆ ਹੈ ਹਾਂ ਤਿਆਰ ਹੈ ਭਾਜੀ ਹਮਾਰੇ ਪਾਸ ਇਨਕਰੀਨ ਕਾ ਕੋਈ ਪੈਸਾ ਵਗੈਰਾ ਉਸ ਕਾ ਆਪਕੇ ਪਾਸ ਆਇਆ ਹਾਂ ਥੋੜਾ ਆਧਾ ਐਡਵਾਂਸ ਆ ਗਿਆ ਆਧਾ ਵੱਡੇ ਹੋਣੇ ਕੇ ਬਾਅਦ ਮੈਂ ਬੋਲਾ ਤਾ ਠੀਕ ਹੈ ਹਾਂ ਜੀ ਮਤਲਬ ਇਹ ਸੱਚਾਈ ਹੈ ਕਿ ਉਹਨੇ ਸੱਚਾਈ ਹੈ ਸੀ ਰਾਵਣ ਔਰ ਕੁੰਭਕਰਨ ਕੇ ਪੁਤਲੇ ਬਣਾਏ ਕੁੰਭਕਰਨ ਹਮਨੇ ਬਣਾਏ ਤੇ ਹਮ ਇਧਰ ਕਰੀਬ 20-22 ਸਾਲ ਹੋ ਗਿਆ ਹਮਨੇ ਇਧਰ ਆਤੇ ਹੋਏ ਕਿਤਨੇ ਜੋ ਓਂਕਾਰ ਨਗਰ ਗਿਆ ਕਿਤਨੇ ਪੀਸ ਗਏ ਤੇ ਵਾਂ 2 ਗਏ ਤੇ ਹਾਂ ਜੀ ਕਿਆ ਕਿਆ ਗਿਆ ਇੱਕ ਰਾਵਣ ਦਾ ਇੱਕ ਕੁੰਭਕਰਨ ਦਾ ਰਹੇ ਦਲੀ ਦਲੀ ਗਏ ਹੋਏ ਸਿਰ ਔਰ ਪੈਰ ਅਭੀ ਹਮਾਰੇ ਪਾਸ ਹੀ ਹੈ ਆਪ ਦੇ ਸਕ ਚਲ ਸਕਤੇ ਹੋ ਆਪਕੋ ਦਿਖਾ ਵੀ ਸਕਤੇ ਹੈ ਜੋ ਉਠਾਏ ਥੇ ਰਾਤ ਕੋ ਉਠਾਏ ਥੇ
नहीं सुबह दोपहर के टाइम उठाए थे भाई। ठीक है दोपहर वाले दिन दोपहर को उठाए थे। ठीक है।